ਸਵਾਂਗ ਵੱਲੋਂ ਰੱਖੇ ਗਏ ਇਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਰਹੀ ਗੁਰੂ ਪਿਆਰੀ ਸਤਸੰਗ ਜੀ, ਮੇਰੀ ਗੁਰਫਤਿਹ ਪ੍ਰਵਾਨ ਕਰਨਾ। ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਜੋ ਬੋਲਣ ਦਾ ਵਿਸ਼ਾ ਹੈ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਅਤੇ ਬਣਤਰ ਦੇ ਵਿੱਚ ਸਿੱਖ ਸੰਗਤਾਂ ਅਤੇ ਜਥੇਬੰਦੀਆਂ ਦੀ ਜਿਹੜੀ ਭੂਮਿਕਾ ਹੈ ਉਹ ਕਿਸ ਤਰ੍ਹਾਂ ਰਹੀ ਹੈ। ਸਿੱਖ ਧਰਮ ਜਿਹੜਾ, ਇਸ ਦੇ ਵਿੱਚ ਇੰਸਟੀਟਿਊਸ਼ਨ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ। ਸਿੱਖ ਧਰਮ ਇੱਕ ਗੁਰੂ ਕਾਲ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਸਿੱਖ ਧਰਮ ਦਾ ਜਿਹੜਾ ਕੇਂਦਰ ਰਿਹਾ ਹੈ ਉਹ ਗੁਰੂ ਸੀ। 10 ਗੁਰੂ ਸਾਹਿਬਾਨ ਤੱਕ, ਗੁਰੂ ਕਾਲ ਤੱਕ ਗੁਰੂ ਦੇਹ ਰੂਪ ਦੇ ਵਿੱਚ ਵਿਚਰ ਰਿਹਾ ਸੀ। ਇਸ ਕਰਕੇ ਗੁਰੂ ਜਿਹੜਾ ਹੈ ਉਹ ਸਿੱਖ ਧਰਮ ਦਾ ਕੇਂਦਰ ਰਿਹਾ ਹੈ 1708 ਈਸਵੀ ਤੱਕ ਹੀ ਗੁਰੂ ਨਾਨਕ ਸਾਹਿਬ ਜੀ ਤੋਂ ਲੱਗ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੱਕ ਗੁਰੂ ਸਾਹਿਬਾਨ ਨੇ ਸੰਸਥਾਵਾਂ ਜਿਹੜੀਆਂ ਸਨ ਉਹਨਾਂ ਨੂੰ ਪ੍ਰਗਟ ਕੀਤਾ। ਉਹਨਾਂ ਸੰਸਥਾਵਾਂ ਨੂੰ ਪ੍ਰਗਟ ਕਰਨ ਦਾ ਵੱਡਾ ਮਕਸਦ ਇਹ ਸੀ ਕਿ ਗੁਰੂ ਸਾਹਿਬਾਨ ਦੇ ਦੇਹ ਰੂਪ ਤੋਂ ਬਾਅਦ ਸਿੱਖ ਧਰਮ ਜਿਹੜਾ ਸੀ ਉਸ ਨੂੰ ਉਹਨਾਂ ਸੰਸਥਾਵਾਂ ਨੇ ਜਿਹੜਾ ਅੱਗੇ ਲਿਜਾਣਾ ਸੀ। ਇਸ ਕਰਕੇ ਸਿੱਖ ਧਰਮ ਦੇ ਵਿੱਚ ਜੇ ਰਾਜਨੀਤਿਕ ਸੰਸਥਾਵਾਂ ਦੇ ਪੱਖ ਤੋਂ ਦੇਖੀਏ, ਅਕਾਲ ਤਖਤ ਸਾਹਿਬ, ਮੀਰੀ ਪੀਰੀ, ਗੁਰੂ ਖਾਲਸਾ ਪੰਥ, ਸਰਬੱਤ ਖਾਲਸਾ, ਗੁਰਮਤਾ ਆਦਿਕ, ਇਹ ਜਿੰਨੀਆਂ ਵੀ ਸੰਸਥਾਵਾਂ ਨੇ ਇਹਨਾਂ ਨੇ ਗੁਰੂ ਕਾਲ ਤੋਂ ਬਾਅਦ ਜਿਹੜਾ ਸੀ ਉਹ ਸਿੱਖ ਧਰਮ ਨੂੰ ਅੱਗੇ ਲਿਜਾਇਆ। ਇਹ ਸਾਡੀਆਂ ਪਰੰਪਰਾਵਾਂ ਨੇ, ਇਹ ਸਾਡੀਆਂ ਜੜ੍ਹਾਂ ਨੇ, ਅਤੇ ਇਹਨਾਂ ਸੰਸਥਾਵਾਂ ਕਰਕੇ ਗੁਰੂ ਕਾਲ ਤੋਂ ਬਾਅਦ ਜਿਹੜਾ ਵਾ ਸਿੱਖ ਧਰਮ ਉਹ ਕੇਂਦਰ ਦੀ ਥਾਂ 'ਤੇ ਫਿਰ ਵਿਕੇਂਦਰ ਵੱਲ ਜਿਹੜਾ ਵਾ ਉਹ ਗਿਆ। ਕੇਂਦਰ ਦੇ ਵਿੱਚ ਗੁਰੂ ਸੀ, ਗੁਰੂ ਸਾਹਿਬਾਨ ਤੋਂ ਬਾਅਦ ਫਿਰ ਸਿੱਖ ਧਰਮ, ਗੁਰੂ ਕਾਲ ਤੋਂ ਬਾਅਦ ਜਿਹੜਾ ਸਿੱਖ ਧਰਮ ਦਾ ਵਿਕੇਂਦਰੀਕਰਨ ਸ਼ੁਰੂ ਹੁੰਦਾ ਹੈ। ਵਿਕੇਂਦਰੀਕਰਨ ਦੇ ਵਿੱਚ ਜਿਹੜਾ ਗੁਰੂ ਸਾਹਿਬਾਨ ਤੋਂ ਬਾਅਦ ਗੁਰੂ ਪਾਤਸ਼ਾਹ ਜਿਹੜੀਆਂ ਪ੍ਰਗਟ ਕੀਤੀਆਂ ਸੰਸਥਾਵਾਂ ਨੇ ਉਹ ਫਿਰ ਜਿਹੜਾ ਵਾ ਸਿੱਖ ਧਰਮ ਨੂੰ ਅੱਗੇ ਲਿਜਾਂਦੀਆਂ ਨੇ। ਜਾਂ ਇਹ ਕਹਿ ਸਕਦੇ ਹਾਂ ਕਿ ਗੁਰੂ ਸਾਹਿਬਾਨ ਨੇ ਉਪਰੋਕਤ ਸੰਸਥਾਵਾਂ ਦੇ ਨਾਲ ਸਿੱਖ ਧਰਮ ਨੂੰ ਜਿਹੜਾ ਸੀ ਕੇਂਦਰਿਤ ਤੋਂ ਵਿਕੇਂਦਰਿਤ ਜਿਹੜਾ ਵਾ ਉਹ ਬਣਾ ਦਿੱਤਾ। ਸਿੱਖ ਕਾਲ ਦੇ ਵਿਕੇਂਦਰੀਕਰਨ ਦਾ ਸਿਧਾਂਤ ਜਿਹੜਾ ਗੁਰੂ ਖਾਲਸਾ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਸਰਬੱਤ ਖਾਲਸਾ ਜਾਂ ਗੁਰਮਤਾ, ਇਹਨਾਂ ਸੰਸਥਾਵਾਂ ਦੇ ਵਿੱਚ ਜਿਹੜਾ ਪਿਆ ਹੋਇਆ ਹੈ, ਇਹਦੇ ਵਿੱਚ ਗੁਰੂ ਖਾਲਸਾ ਪੰਥ ਜਿਹੜਾ ਹੈ ਉਹ ਇਹਨਾਂ ਸੰਸਥਾਵਾਂ ਦੇ ਵਿੱਚ ਜਿਹੜੀ ਆ ਉਹ ਸਭ ਤੋਂ ਮੋਹਰਲੀ ਸੰਸਥਾ ਹੈ। ਔਰ ਗੁਰੂ ਖਾਲਸਾ ਪੰਥ ਦੀ ਜਿਹੜੀ ਸਭ ਤੋਂ ਛੋਟੀ ਇਕਾਈ ਹੈ ਉਹ ਜਥੇਬੰਦੀ ਹੈ। ਗੁਰੂ ਕਾਲ ਦੇ ਵਿੱਚ ਵੀ ਜਥੇਬੰਦੀਆਂ ਦੀ ਹੋਂਦ ਆ ਗਈ ਸੀ, ਪਰ ਗੁਰੂ ਕਾਲ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੇ ਸਮੇਂ ਤੋਂ ਜਿਹੜਾ ਸੀ ਜਥੇਬੰਦੀਆਂ ਦੀ ਬਹੁਤ ਅਹਿਮ ਜਿਹੜੀ ਆ ਉਹ ਭੂਮਿਕਾ ਮਿਲਦੀ ਹੈ। ਸਿੱਖ ਇਤਿਹਾਸ ਦੇ ਵਿੱਚ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਜਿੰਨੇ ਵੀ ਨਾਮਵਾਰ ਸਿੱਖ ਸਨ ਉਹਨਾਂ ਨੇ ਬਹੁਤ ਸਾਰੇ ਪ੍ਰਸਿੱਧ ਜਿਹੜੇ ਆ ਉਹ ਜਥੇ ਬਣਾਏ ਸਨ। ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਦੇ ਵਿੱਚ ਕੋਈ 100 ਤੋਂ ਉੱਪਰ ਜਥਿਆਂ ਦਾ ਜਿਹੜਾ ਵਾ ਉਹ ਜ਼ਿਕਰ ਕੀਤਾ ਹੈ, ਜਿਹੜੇ ਨਾਮੀਨ ਸਿੱਖਾਂ ਨੇ, ਜਿਹੜੇ ਸਿੰਘਾਂ ਨੇ ਜਿਹੜੇ ਸਨ ਉਹ ਬਣਾਏ ਸਨ। ਅਤੇ ਉਹੀ ਜਥੇ ਜਿਹੜੇ ਆ ਉਹ ਮੁਗਲ ਹਕੂਮਤ ਦੇ ਵਿਰੁੱਧ, ਜ਼ੁਲਮ ਦੇ ਵਿਰੁੱਧ ਜਿਹੜਾ ਟਾਕਰਾ ਲੈ ਰਹੇ ਸਨ, ਉਹਨਾਂ ਜਥਿਆਂ ਨੇ ਜਿਹੜੀ ਆ ਅਹਿਮ ਭੂਮਿਕਾ ਨਿਭਾਈ, ਗੁਰੂ ਖਾਲਸਾ ਪੰਥ ਨੂੰ ਜਿਹੜਾ ਵਾ ਇੱਕ ਥਾਂ ਜੋੜੀ ਰੱਖਿਆ। ਇਹਦੇ ਵਿੱਚ ਛੋਟੇ ਘੱਲੂਘਾਰੇ ਤੋਂ ਪਹਿਲਾਂ ਜਦ ਜਹੀਆ ਖਾਨ ਨੇ ਇੱਕ ਦੀਨੇ ਇਸਲਾਮ ਦੇ ਨਾਮ ਦੇ ਉੱਪਰ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਮੁਸਲਮਾਨ ਮੁੰਡਿਆਂ ਨੂੰ ਇਕੱਤਰ ਕਰਕੇ ਪਿੰਡਾਂ ਦੇ ਵਿੱਚੋਂ ਸਿੱਖਾਂ ਨੂੰ ਖਤਮ ਕਰਨ ਦੇ ਲਈ ਇੱਕ ਜਹਾਦ ਆਰੰਭ ਕੀਤਾ ਸੀ, ਤਾਂ ਉਸੇ ਟਾਈਮ ਦੇ ਉੱਤੇ ਹੀ ਜਿਹੜਾ ਸੀ ਸਿੱਖ ਜਥੇਬੰਦੀਆਂ ਜਿਹੜੀਆਂ ਸਨ ਇਹ ਵੀ ਇਕੱਤਰ ਹੋਈਆਂ ਸਨ। ਉਹ ਗਿਆਨੀ ਗਿਆਨ ਸਿੰਘ ਇਸ ਦਾ ਜ਼ਿਕਰ ਕਰਦਾ ਹੈ ਕਿ ਸਿੱਖ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਤਰਨ ਤਾਰਨ ਸਾਹਿਬ ਜਿਹੜੀਆਂ ਰੁਕੀਆਂ ਸਨ। ਇਹਦੇ ਵਿੱਚ ਕੋਈ 10,000 ਤੋਂ ਉੱਪਰ ਸਿੱਖਾਂ ਦਾ ਜਿਹੜਾ ਉਹ ਜ਼ਿਕਰ ਮਿਲਦਾ, ਜਿਹੜੀਆਂ ਪੰਜਾਬ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਇਕੱਤਰ ਹੋਏ ਸਿੱਖ ਸਨ। ਔਰ ਫਿਰ ਉੱਥੇ ਗੁਰਮਤਾ ਹੋਇਆ, ਉਸ ਤੋਂ ਬਾਅਦ ਫਿਰ ਇਹ ਸਾਰੇ ਦੇ ਸਾਰੇ ਜਿੰਨੀਆਂ ਵੀ ਜਥੇਬੰਦੀਆਂ ਸਨ ਇਹ ਕਾਹਨੂੰਵਾਨ ਦੀ ਛੰਭ ਵੱਲ ਜਿਹੜੀਆਂ ਚੱਲੀਆਂ ਗਈਆਂ ਸਨ। ਔਰ ਇਸ ਤੋਂ ਬਾਅਦ ਕਾਹਨੂੰਵਾਨ ਛੰਭ ਦਾ ਜਿਹੜਾ ਘੱਲੂਘਾਰ ਆਇਆ, ਉਸ ਘੱਲੂਘਾਰੇ ਦੇ ਵਿੱਚ ਇਹ ਇਕੱਤਰ ਹੋਈਆਂ ਜਥੇਬੰਦੀਆਂ ਨੇ ਹੀ ਜਿਹੜਾ ਸੀ ਉਹ ਮੁਗਲ ਹਕੂਮਤ ਦਾ ਟਾਕਰਾ ਉਹ ਕੀਤਾ ਸੀ। ਇਹਦਾ ਜ਼ਿਕਰ ਜਿਹੜਾ ਉਹ ਗਿਆਨੀ ਗਿਆਨ ਸਿੰਘ ਕਰਦਾ ਹੈ ਕਿ ਇਸ ਭਾਂਤ ਸਿੰਘੇ ਹਰਨ ਹਿੱਤ ਜਬ ਚੜ੍ਹੀ ਸਭ ਤੁਰਕਾਨ, ਇਹ ਸਾਰ ਦੇਸ ਵਿਦੇਸ਼ ਮੇਂ ਜਬ ਸੁਣੀ ਸਿੰਘਨ ਕਾਨ, ਕਰ ਗੁਰਮਤੇ ਠੱਟ ਜਥੇ ਆਏ ਧਰਮ ਯੁੱਧ ਵਿਚਾਰ। ਕਿ ਇਹ ਸਾਰੇ ਜਿੰਨੇ ਵੀ ਜਥੇ ਸਨ ਤਰਨ ਤਾਰਨ ਸਾਹਿਬ ਇਕੱਠੇ ਹੋਏ ਸਨ, ਕਿਸ਼ ਦੜਪ ਦਿਸ ਮੁਲਤਾਨ 'ਤੇ ਮਝੈਲ ਸਿੰਘ ਅਪਾਰ। ਹੁਣ
एक तो यह जथेबंदी का जिहड़ा वो साडा कॉन्सैप्ट सी और ये जथेबंदी ही जिहड़ियां सन इन्हां ने ही हन्ने हन्ने मीरी का जिहड़ा वो कॉन्सैप्ट लियांदा सी और 18वीं सदी का जिहड़ा सिख सी वो एक गल मानदा सी कि गुरु पातशाह जी ने सिख नूं हन्ने हन्ने मीरी जिहड़ी आ उहदा वर दित्ता होया है और सिख कदे भी किसी की ताबिया जिहड़ी आ उह नहीं चलेगा, सिख किसी के अधीन जिहड़ा वा उह नहीं होवेगा। इस दे बारे सानू पंथ प्रकाश दे विच मिलदा है, अंग संग सदा गुरु है तुमरे, रखक ठीक लखे हो, ताबेदारी सदा खुवारी, सो तुम काहे गहो, हन्ने हन्ने हवै पातशाही, तुमरी गुरु बखाना, 40 बरस सख्त हैं तुम पर राखो सिदक महाना। कि हन्ने हन्ने की एक दिन जिहड़ी आ उह मीरी सिख दे जिहड़ा उह आएगी कोल। सिख गुरु ने इस हुक्म सिख पातशाह दे इस हुक्म नूं सिख जिहड़े सन वो सच्चा हुक्म जिहड़ा मन्नदे सन कि हन्ने हन्ने हवै पातशाही, पंथ खालसे की लिहो चाही, बचन गुरु का सत भवे है, तब तुमको भी देखियो जे है। ये हन्ने हन्ने मीरी ही जिहड़ी आ वो अपने अपने इलाके की जिहड़ी आ वो जथेदारी बनी। 1849 ईस्वी तो बाद अंग्रेज़ां दे पंजाब उपर कब्जा करन तो बाद सिख पंथ फिर अपने आप नूं विकेंद्रीकृत वल जिहड़ा वा उह लिआउण लगा, क्योंकि महाराजा रणजीत सिंह दे शासन तो बाद खालसा राज तो बाद जद अंग्रेज़ आए तो अंग्रेज़ां दे आउण दे नाल जिहड़ा पोलिटिकल सिस्टम बदलिया, उस तो बाद उसनूं देखदिआं होइआं सिख जिहड़े आ फिर अपनी राज दे बारे सोचण लगे। उस वेले फिर सिख जिहड़े आ उह विकेंद्रीकृत वल जिहड़े आ उह वधण लगे। इस दे नाल जिहड़ियां सिंघ सभावां होंद विच आईआं, पंजाब के बहुत सारे पिंडां दे विच सिंघ सभावां दे जिहड़े आ उह जथे बन लगे, सिख फिर तो जथेबंद जिहड़ा उह होण लगे। इसे समय ही जथेबंदियां जिहड़ियां सन उह गुरद्वारा सुधार जिहड़ा सी प्रबंध सुधार उहदे वल जिहड़ा वा उह ध्यान देण लगियां। इहदे दौरान 1905 ईस्वी च परिक्रमा चों जद मूर्तियां उठाईआं गईआं सन तां चीफ खालसा दीवान दे जथेदार सरदार अर्जन सिंह जिहड़े सन उन्हां ने उदों दरबार साहब दा जिहड़ा दस्तुरल अमल सी उहदे विच उहनूं बदलण दी जिहड़ी आ उह तजवीज़ जिहड़ी आ उह रखी सी, मता जिहड़ा वा उह पास कीता गिआ सी। 1906 दे विच ही अखबारां जिहड़ियां सन उहनां ने गुरद्वारा सुधार दे बारे जिहड़ा वा आर्टिकल लेख जिहड़े आ उह लिखणे शुरू कर दित्ते सन। पंजाब दे सिखां ने उस टाइम ते जिथे पंजाब दे विच जथेबंद होना शुरू कीता सी उत्थे पंजाब तों बाहर भी जिहड़ियां जथेबंदियां उहनां नूं होंद विच लिआउणा शुरू कीता सी। इत्थे आपां नूं मिलदा है कि 1907 च संत तेजा सिंह जिहड़े सन उहनां ने इंग्लैंड च जिहड़ा सी खालसा जथा ब्रिटिश आयलज जिहड़ा वा उह कायम कीता सी। इस दौरान ही करतार सिंह झब्बर ने 1912 ईस्वी दे विच खालसा दीवान खरा सौदा नाम दी जिहड़ी जथेबंदी सी उह कायम कीती सी। असल दे विच आपां सीधा 1920 दे विच आपां नूं सीधा श्रोमणी कमेटी तां दिखदी, पर श्रोमणी कमेटी दी होण तों पहलां बहुत सारे जथे सन जिन्हां दा आपां जिक्र करांगे जिन्हां दी अहम भूमिका सी श्रोमणी कमेटी बनाउण दे विच, जां कह लईए कि उहनां जथिआं ने जिथे जिथे भी सन उत्थों उहनां ने जिहड़ियां कोशिशां कीतियां सन उहदे विचों जिहड़ा प्रबंध सुधार जिहड़ा निकलिआ सी उहनूं अग्गे श्रोमणी कमेटी जिहड़ी सी उहने इक जगह दे रूप दे विच जिहड़ा उह चलाया है। यह जथेबंदी जिहड़ी खालसा दीवान खरा शब्दा जथेबंदी सी इह चूड़काणे दे नेड़े दे जिहड़े सिख सन उह इहदे विच शामिल सन। इस दौरान ही आपां देखदे हां कि 1915 दे विच नशहरे दा महंत हरनाम सिंह सी इसने समाध अकाली फूला सिंह दी जिहड़ी जमीन सी उह गुरद्वारा साहब दी उह अपने नाम करवा ली सी। इह जमीन नूं मोड़न दे लई जिहड़ियां उत्थों दीआं जथेबंदियां सन नशहरे ते पेशावर दीआं जिहड़ियां सिंघ सभावां सन ते कुझ रिटायर्ड फौजी सन जिन्हां ने अपनियां जथेबंदियां कायम कीतियां सन, इह फिर नशहरे दे इस महंत दे विरुद्ध जिहड़ा सी इन्हां ने अंदोलन कीता ते जमीन जिहड़ी आ उह वापस लई सी। 1916 ईस्वी दे विच ही हाफजाबाद पाशे छेवीं दे गुरद्वारे दा जिहड़ा महंत सी इह इक उत्थे औरत नाल कुकर्म करदा जिहड़ा फड़िया गिआ सी ते उत्थों दीआं जिहड़ी इलाके दी सिख संगत सी उन्हां ने इस महंत नूं हटाया सी उहनां जथेबंदियां ने, ते भाई फतेह सिंह एक गृहस्थी सिंह सी उसनूं जिहड़ा सी इत्थों दी सेवा जिहड़ी दित्ती सी। इसे दौरान ही आपां नूं गुरद्वारा पंजा साहिब दा जिहड़ा मिलदा इह श्रोमणी गुरद्वारा प्रबंधक कमेटी दी होंद तों पहलां दीआं घटनावां ने, 5 साल पहलां दीआं 1916 तों लाके 1920 दे विचाले जे आपां जथेबंदियां दा रोल देखदे हां तां गुरद्वारा पंजा साहिब दे महंत मिठा सिंह जिहड़ा सी उहने 1906 दे विच गुरद्वारा साहिब दी जमीन जिहड़ी सी उह अपने नाम करवा ली सी, करवाउणी शुरू कर दित्ती सी। तां ऐबटाबाद दी सिंघ सभा सी इह जथेबंदी ने जिहड़ा सी इह मिठा सिंह दा विरोध कीता सी महंत दा, ते 1916 ईस्वी तों बाद लाहौर दा इक जथा सी खालसा धर्म प्रचारक जथा,
ਇਹ ਜਥੇ ਨੇ ਫਿਰ ਪੰਜਾ ਸਾਹਿਬ ਦੇ ਵਿੱਚ ਜਿਹੜਾ ਸੀ ਦੀਵਾਨ ਕਰਨ ਦਾ ਫੈਸਲਾ ਕੀਤਾ ਸੀ ਮਹੰਤ ਦੀਆਂ ਕਰਤੂਤਾਂ ਦੇ ਵਿਰੁੱਧ। ਤਾਂ ਉਸ ਟਾਈਮ 'ਤੇ ਮਹੰਤ ਜਿਹੜਾ ਸੀ ਉਹਨੇ ਗੁਰਦੁਆਰਾ ਪੰਜਾ ਸਾਹਿਬ ਦੇ ਵਿੱਚ ਦੀਵਾਨ ਕਰਨ ਤੋਂ ਜਿਹੜਾ ਉਹ ਮਨ੍ਹਾ ਕਰ ਦਿੱਤਾ ਸੀ, ਸੰਗਤਾਂ ਨੂੰ ਦੀਵਾਨ ਨਹੀਂ ਸੀ ਕਰਨ ਦਿੱਤਾ। ਤਾਂ ਉਹ ਸੰਗਤ ਨੇ ਫਿਰ ਇੱਕ ਜਗ੍ਹਾ ਦੇ ਉੱਤੇ ਜਗ੍ਹਾ ਕਿਰਾਏ 'ਤੇ ਲੈ ਕੇ ਅਤੇ ਉੱਥੇ ਦੀਵਾਨ ਜਿਹੜਾ ਕੀਤਾ ਸੀ, ਪਰ ਉਹ ਮਹੰਤ ਨੇ ਬਹੁਤ ਸਾਰੇ ਢੋਲੀ ਜਿਹੜੇ ਸੀ ਉਹਨਾਂ ਨੂੰ ਭੇਜ ਦਿੱਤਾ ਢੋਲ ਵਜਾਉਣ ਦੇ ਲਈ, ਤਾਂ ਫਿਰ ਉੱਥੇ ਪੁਲਿਸ ਬੁਲਾਉਣੀ ਪਈ ਸੀ ਜਥੇ ਨੂੰ। ਅਤੇ ਇਹ ਜਥੇ ਨੇ ਜਿਹੜਾ ਖਾਲਸਾ ਧਰਮ ਪ੍ਰਚਾਰਕ ਜਥਾ ਸੀ ਲਾਹੌਰ ਦਾ, ਇਹਨੇ ਉਸ ਟਾਈਮ ਮਿੱਠਾ ਸਿੰਘ ਦੀਆਂ ਕਰਤੂਤਾਂ ਦੇ ਵਿਰੁੱਧ ਇਲਾਕੇ ਦੀਆਂ ਸੰਗਤਾਂ ਨੂੰ ਜਿਹੜਾ ਵਾ ਉਹ ਜਾਗਰੂਕ ਕੀਤਾ ਸੀ। ਬਹੁਤ ਵੱਡੀ ਭੂਮਿਕਾ ਜਿਹੜੀ ਆ ਇਸ ਜਥੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਤੋਂ ਪਹਿਲਾਂ ਜਿਹੜੀ ਆ ਉਹ ਨਿਭਾਈ ਸੀ। ਇਸ ਤਰ੍ਹਾਂ ਹੀ ਅਕਤੂਬਰ 1917 ਦੇ ਵਿੱਚ ਵੀ ਸਾਨੂੰ ਮਿਲਦਾ ਹੈ ਕਿ ਧੂਬੜੀ ਸਾਹਿਬ ਜਿਹੜਾ ਆਸਾਮ ਸੀ ਉੱਥੋਂ ਦੀ ਜਿਹੜੀ ਜ਼ਮੀਨ ਸੀ ਗੁਰਦੁਆਰਾ ਸਾਹਿਬ ਦੀ, ਉਹ ਸਰਕਾਰ ਨੇ ਉੱਥੇ ਵਾਟਰ ਵਰਕਸ ਬਣਾਉਣ ਦੇ ਲਈ ਜਿਹੜੀ ਸੀ ਉਹਨੂੰ ਕਬਜ਼ੇ ਅਧੀਨ ਲੈਣਾ ਸ਼ੁਰੂ ਕੀਤਾ ਸੀ। ਤਾਂ ਉੱਥੇ ਦਾ ਭਾਈ ਬਚਿੱਤਰ ਸਿੰਘ ਜਿਹੜਾ ਸੇਵਾਦਾਰ ਸੀ ਮੁੱਖ, ਉਹਨੇ ਪੰਜਾਬ ਦੀਆਂ ਸੰਗਤਾਂ ਨੂੰ ਚਿੱਠੀਆਂ ਭੇਜੀਆਂ ਸਨ, ਅਤੇ ਪੰਜਾਬ ਦੀਆਂ ਸੰਗਤਾਂ ਨੇ ਉਸ ਟਾਈਮ ਗੁਰਮਤੇ ਕਰਕੇ ਜਿੱਥੇ ਜਿੱਥੇ ਵੀ ਸਿੱਖ ਜਥੀਆਂ ਜਥੇਬੰਦੀਆਂ ਸਨ ਉਹਨਾਂ ਨੇ ਗੁਰਮਤੇ ਕਰਕੇ ਅਤੇ ਉੱਥੋਂ ਦੇ DC ਨੂੰ, ਆਸਾਮ ਦੇ ਉਹ ਇਲਾਕੇ ਦੇ DC ਨੂੰ ਜਿਹੜੀਆਂ ਸੀ ਉਹ ਗੁਰਮਤੇ ਕਰਕੇ ਮਤੇ ਜਿਹੜੇ ਆ ਉਹ ਭੇਜੇ ਸਨ, ਅਤੇ ਉਹਦੇ ਨਾਲ ਉਹ ਜ਼ਮੀਨ ਜਿਹੜੀ ਆ ਉਹ ਰੁਕਵਾਈ ਸੀ। ਸਿੱਖ ਸੰਗਤਾਂ ਦੇ ਸੈਂਕੜੇ ਗੁਰਮਤੇ ਜਿਹੜੇ ਆ ਉਹ ਚੀਫ ਕਮਿਸ਼ਨਰ ਨੂੰ ਭੇਜੇ ਹੋਏ ਜਿਹੜੇ ਆ ਉਹ ਮਿਲਦੇ ਆ। ਇਸ ਤਰ੍ਹਾਂ ਹੀ ਜਦੋਂ ਸੰਤੋਖਸਰ ਸਾਹਿਬ ਗੁਰਦੁਆਰੇ ਦਾ ਸਰੋਵਰ ਪੂਰਨ ਦੀ ਗੱਲ 1918 ਦੇ ਵਿੱਚ ਮਿਊਂਸਪਲ ਕਮੇਟੀ ਵੱਲੋਂ ਚੱਲੀ ਸੀ, ਤਾਂ ਇੱਥੋਂ ਦੀਆਂ ਸੰਗਤਾਂ ਨੇ ਜਿਹੜਾ ਸੀ ਉਹ ਵਿਰੋਧ ਕੀਤਾ ਸੀ। ਜਥੇਬੰਦੀਆਂ ਨੇ ਇਕੱਤਰ ਹੋ ਕੇ ਜਿਹੜੇ ਸੀ ਉਹ ਮਤੇ ਜਿਹੜੇ ਆ ਉਹ ਕਮਿਸ਼ਨਰ ਨੂੰ ਭੇਜੇ ਸਨ, ਅਤੇ ਮਿਊਂਸਪਲ ਕਮੇਟੀ ਨੂੰ ਜਿਹੜਾ ਉਹ ਝੁਕਣਾ ਪਿਆ ਸੀ। 1919 ਦੀ ਜਿਹੜੀ ਸਿੱਖ ਲੀਗ ਬਣੀ ਸੀ, ਇਹ ਕੇਂਦਰੀ ਸਿੱਖ ਲੀਗ ਦਾ ਉਦਘਾਟਨ ਜਿਹੜਾ 30 ਮਾਰਚ 1919 ਨੂੰ ਹੋਇਆ ਸੀ ਲਾਹੌਰ ਵਿਖੇ। ਇਹ ਉਸ ਵੇਲੇ ਰਾਜਨੀਤਿਕ ਜਿਹੜੀ ਪਾਰਟੀ ਵਜੋਂ ਸਿੱਖਾਂ ਦੇ ਵਿੱਚੋਂ ਜਿਹੜੀ ਆ ਉੱਭਰ ਰਹੀ ਸੀ। ਬਾਅਦ ਦੇ ਵਿੱਚ ਇਹਦੇ ਉੱਤੇ ਜਿਹੜੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਨੇਤਾ ਸਨ ਉਹੀ ਬਾਅਦ ਦੇ ਵਿੱਚ ਸਿੱਖ ਲੀਗ ਦੇ ਵਿੱਚ ਚਲੇ ਗਏ ਸਨ, ਅਤੇ ਸਿੱਖ ਲੀਗ ਜਿਹੜੀ ਬਾਅਦ ਦੇ ਵਿੱਚ ਇਹਦੇ ਵਿੱਚ ਹੀ ਜਿਹੜੀ ਆ ਉਹ ਮਿਲ ਗਈ ਸੀ, ਜ਼ਬਤ ਹੋ ਗਈ ਸੀ। ਅਤੇ ਇਹਨਾਂ ਨੇ ਵੀ ਉਸ ਟਾਈਮ ਅੰਮ੍ਰਿਤਸਰ, ਇੱਕ ਆਪਣਾ ਪਹਿਲਾ ਇਹਨਾਂ ਦਾ ਜਿਹੜਾ ਪ੍ਰੋਗਰਾਮ ਸੀ ਉਹ ਅੰਮ੍ਰਿਤਸਰ ਸਾਹਿਬ ਹੀ ਹੋਇਆ ਸੀ। ਅਤੇ ਇਹ ਅੰਮ੍ਰਿਤਸਰ ਦੇ ਵਿੱਚ ਸਾਰੀਆਂ ਸੰਗਤਾਂ ਨੇ ਇਕੱਤਰ ਹੋ ਕੇ ਦਰਬਾਰ ਸਾਹਿਬ ਦੇ ਪ੍ਰਬੰਧ ਨੂੰ ਸੁਧਾਰਨ ਦੇ ਲਈ ਜਿਹੜਾ ਵਾ ਉਹ ਮਤਾ ਪਾਇਆ ਸੀ। ਇਹਦਾ ਜਿਹੜਾ ਜ਼ਿਕਰ ਆ ਉਹ ਗਿਆਨੀ ਪ੍ਰਤਾਪ ਸਿੰਘ ਹੋਣੀ ਜਿਹੜੇ ਆਪਣੀ ਕਿਤਾਬ ਅਕਾਲੀ ਲਹਿਰ ਦੇ ਵਿੱਚ ਕਰਦੇ ਨੇ। 1918 ਦੇ ਵਿੱਚ ਹੀ ਜਦੋਂ ਵਿਸ਼ਵ ਯੁੱਧ ਤੋਂ ਬਾਅਦ ਫਿਰ ਸਿੱਖ ਸੰਗਤਾਂ ਨੇ ਰਕਾਬਗੰਜ ਗੁਰਦੁਆਰੇ ਦੀ ਕੰਧ ਬਣਾਉਣ ਦਾ ਜਿਹੜਾ ਵਾ ਉਹ ਮਸਲਾ ਉਠਾਇਆ, ਤਾਂ ਉਦੋਂ ਸਿੱਖ ਲੀਗ ਨੇ ਜਿਹੜਾ ਲਾਹੌਰ 'ਚ ਜਿਹੜਾ ਅਕਤੂਬਰ 1920 ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਸੀ ਜਿਸ 'ਚ ਸ਼ਹੀਦੀ ਜਥਿਆਂ ਦੇ ਲਈ ਜਿਹੜੀ ਉਹ ਲਿਸਟ ਮੰਗੀ ਸੀ। ਅਤੇ ਇਹ ਜਦੋਂ ਸਿੰਘ ਇਕੱਤਰ ਹੋ ਗਏ ਸੀ ਦਿੱਲੀ ਨੂੰ ਤੁਰਨ ਵਾਲੇ ਸਨ, ਤਾਂ ਉਸ ਤੋਂ ਪਹਿਲਾਂ ਹੀ ਜਿਹੜਾ ਸੀ ਇਹ ਗੁਰਦੁਆਰਾ ਰਕਾਬਗੰਜ ਸਾਹਿਬ ਦੀ ਜਿਹੜੀ ਕੰਧ ਵਾ ਉਹ ਬਣਾ ਦਿੱਤੀ ਸੀ। ਭਾਵ ਕਿ ਸਿੱਖ ਲੀਗ ਦੀ ਉਹ ਵੇਲੇ ਇਹ ਭੂਮਿਕਾ ਜਿਹੜੀ ਇਹਨਾਂ ਨੇ ਨਿਭਾਈ ਸੀ ਇਹਨਾਂ ਜਥਿਆਂ ਨੇ। ਇੱਦਾਂ ਹੀ ਇੱਕ ਜਿਹੜੀ ਬਹੁਤ ਵੱਡੀ ਘਟਨਾ ਵਾਪਰੀ ਸੀ ਜਿਹਦੇ ਨਾਲ ਬਾਅਦ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਆਪਾਂ ਕਹਿ ਲਈਏ ਨੀਂਹ ਰੱਖੀ ਗਈ। ਉਹ ਜਿਹੜੇ ਜਥੇ ਸਨ ਜਿਨ੍ਹਾਂ ਨੇ ਕੰਮ ਕੀਤਾ ਸੀ ਉਹਦੇ ਤੋਂ ਪਹਿਲਾਂ ਜਿਹੜੀ ਘਟਨਾ ਵਾਪਰੀ ਸੀ ਉਹ ਗੁਰਦੁਆਰਾ ਸਿਆਲਕੋਟ ਸਾਹਿਬ ਦੀ ਸੀ। ਇੱਥੋਂ ਦਾ ਜਿਹੜਾ ਮਹੰਤ ਹਰਨਾਮ ਸਿੰਘ ਸੀ ਇਹ ਸਤੰਬਰ 1918 ਦੇ ਵਿੱਚ ਚੜ੍ਹਾਈ ਕਰ ਗਿਆ। ਇਹਦਾ ਮੁੰਡਾ ਸੀ ਗੁਰਚਰਨ ਸਿੰਘ, ਅਤੇ ਇਹ ਮਹੰਤ ਦੀ ਘਰਵਾਲੀ ਸ਼੍ਰੀ ਗੁਰਚਰਨ ਸਿੰਘ ਨੂੰ ਜਿਹੜਾ ਵਾ ਉਹ ਅੱਗੇ ਮਹੰਤ ਨਿਯੁਕਤ ਕਰਨਾ ਚਾਹੁੰਦੀ ਸੀ, ਤਾਂ ਸਿੱਖ ਸੰਗਤਾਂ ਨੇ ਉਸ ਵੇਲੇ ਜਿਹੜਾ ਵਿਰੋਧ ਕੀਤਾ। ਸਿਆਲਕੋਟ ਦੀ ਇੱਕ ਜਥੇਬੰਦੀ ਸੀ ਸਿੰਘ ਸਭਾ ਖਾਲਸਾ ਦੀਵਾਨ, ਇਹ ਜਥੇਬੰਦੀ ਨੇ ਜਿਹੜਾ ਸੀ ਵਿਰੋਧ ਕੀਤਾ, ਅਤੇ ਮਹੰਤ ਜਿਹੜਾ ਸੀ ਉਹਨਾਂ ਨੂੰ ਪ੍ਰੋਗਰਾਮ ਨਹੀਂ ਸੀ ਕਰ ਦੇ ਰਿਹਾ ਕਿਸੇ ਵੀ ਗੁਰਦੁਆਰੇ ਵਿੱਚ। ਇਹਨਾਂ ਸਾਰੀਆਂ ਸੰਗਤਾਂ ਨੇ ਫਿਰ ਇਕੱਤਰ ਹੋ ਕੇ ਗੁਰਮਤਾ ਕੀਤਾ ਕਿ ਸਿਆਲਕੋਟ ਦੇ ਵਿੱਚ ਇਹ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਉਹਨਾਂ ਦੇ ਵਿੱਚ ਹਫ਼ਤਾਵਾਰੀ ਜਿਹੜੇ ਪ੍ਰੋਗਰਾਮ ਰੱਖੇ ਜਾਣ, ਕੀਰਤਨ ਦਰਬਾਰ ਰੱਖੇ ਜਾਣ, ਅਤੇ ਮਹੰਤ ਜਿਹੜਾ ਵਾ ਇਸ ਦੀਆਂ ਕਰਤੂਤਾਂ ਨੂੰ ਜਿਹੜਾ ਵਾ ਉਹ ਪਾਸ਼ ਕੀਤਾ ਜਿਹੜਾ ਵਾ ਸੰਗਤਾਂ ਦੇ ਸਾਹਮਣੇ ਜਿਹੜਾ ਲਿਆਂਦਾ ਜਾਵੇ। ਅਤੇ ਉਸ ਟਾਈਮ ਦੇ ਉੱਤੇ ਜਦੋਂ ਸੰਗਤ ਨੇ ਇੱਦਾਂ ਸ਼ੁਰੂ ਕੀਤਾ ਸੀ ਤਾਂ ਮਹੰਤ ਦੀ ਘਰਵਾਲੀ ਨੇ ਇੱਕ ਪਤਿਤ ਸਿੱਖ ਗੰਡਾ ਸਿੰਘ ਪਤਿਤ ਜਿਹੜਾ ਸੀ ਗੰਡਾ ਸਿੰਘ ਉਸ ਨੂੰ ਗੁਰਦੁਆਰੇ ਦਾ ਜਿਹੜਾ ਮਹੰਤ ਆ ਉਹ ਨਿਯੁਕਤ ਕਰ ਦਿੱਤਾ, ਸੇਵਾਦਾਰ ਨਿਯੁਕਤ ਕਰ ਦਿੱਤਾ ਸੀ। ਤਾਂ ਨਾਲ ਹੀ ਗੰਡਾ ਸਿੰਘ ਜਿਹੜਾ ਸੀ ਉਹਨੇ ਜਿਹੜੇ ਉਸ ਵੇਲੇ ਇਹ ਜਥੇ ਦੇ ਸਿੱਖ ਸਨ ਜਿਨ੍ਹਾਂ ਦੇ ਵਿੱਚ ਭਾਈ ਨਾਨਕ ਸਿੰਘ, ਜਵਾਹਰ ਸਿੰਘ, ਰਾਮ ਸਿੰਘ, ਭਾਗ ਸਿੰਘ ਅਤੇ ਮਹਾਂ ਸਿੰਘ ਦਾ ਜ਼ਿਕਰ ਮਿਲਦਾ, ਇਹਨਾਂ ਦੇ ਵਿਰੁੱਧ ਧਾਰਾ 107 ਅਧੀਨ ਜਿਹੜਾ ਸੀ ਮੁਕੱਦਮਾ ਦਾਇਰ ਕਰ ਦਿੱਤਾ ਸੀ। ਇਹ ਸਿੱਖ ਫਿਰ ਮਜਬੂਰ ਹੋ ਕੇ ਨਾਨਕ ਸਿੰਘ ਅਤੇ ਜਵਾਹਰ ਸਿੰਘ ਤਰਨ ਤਾਰਨ ਸਾਹਿਬ ਮੱਸਿਆ ਦੇ ਮੇਲੇ ਦੇ ਉੱਤੇ ਜਿਹੜੇ ਆਏ ਸਨ,
और अंबरसर साहिब माझे दे विच जिहड़ा बहुत वड्डा जथा सी सेंट्रल माझा दीवान जिहड़े गुरपुरबां दे उत्ते मस्सिया संग्रांदां दे उत्ते दरबार साहिब ते तरन तारण साहिब जिहड़े इत्थे दीवान सजाया करदे सन इह जिहड़ा सेंट्रल माझा दीवान सी इहदा जथेदार सी तेजा सिंह पुच्चर ते इह जथेदार माझे दे इलाके दे विच बहुत होल्ड सी ते इह जदों तरन तारण साहिब आए सियालकोट दे सिंघ तां इहनां ने आण के संगत नूं सारी विथिया सुनाई ते सेंट्रल माझा दीवान दे 50 सिंघ जिहड़े सन उह भाई तेजा सिंह पुच्चर की अगवाई हेठ जिहड़े आ सियालकोट पहुँचे सन ते इस तरह खालसा दीवान सियालकोट जथेबंदी जिहड़ी सी ते सेंट्रल माझा दीवान दा जिहड़ा जथा सी इन्हां ने मिल के ये कब्जा किया सियालकोट दा जिहनूं जिहड़ा वा पहला कब्जा जिहड़ा वा ओह मन्निया जांदा गुरुद्वारे दे प्रबंध सुधार दे विच। इस तरह ही मतलब कि ये सारिया जिहड़ियां जथेबंदियां सन इन्हां ने श्रोमणी गुरुद्वारा प्रबंधक कमेटी की होंद तों पहलां जिहड़ी आ ओह भूमिका निभाई है। इस तरह आपां जाणदे हां खालसा बरादरी कारज साधक दल जिहड़ा सी जिवें इन्हां ने 11-12 अक्तूबर नूं जलियांवाले बाग दे विच समागम रख्या सी जिहदे विच पछड़ियां जातियां दे विचों सिंघ सजे सन ते उन्हां दा कड़ाह प्रसाद जिवें लै के आए सन ते जद मंजूर ना कीता गया तां उस टाइम दे उत्थे वी सेंट्रल माझा दीवान दे सरदार तेजा सिंह पुच्चर सन ते उधर जिहड़ा सी करतार सिंह झब्बर दा जथा वी जिहड़ा सी ओह इत्थे सी ਤਾਂ ਇਹ ਜਥੇ ਨੇ ਹੀ ਇੱਥੇ ਜਿਹੜਾ ਸੀ ਅਕਾਲ ਤਖਤ ਸਾਹਿਬ 75 ਮੈਂਬਰੀ ਕਮੇਟੀ ਬਣਾਈ ਸੀ ਜਿਹੜੀ ਬਾਅਦ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਇੱਥੋਂ ਨੀਂਹ ਰੱਖੀ ਗਈ ਜਾਂ ਜਿਹੜੀ ਹੋਂਦ ਹੋਈ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ 15-16 ਨਵੰਬਰ 1920 ਨੂੰ ਹੋਂਦ ਦੇ ਵਿੱਚ ਆਈ ਤਾਂ ਅਸਲ ਦੇ ਵਿੱਚ ਤਖਤਾਂ ਦੇ ਜਿਹੜੇ ਸੇਵਾ ਸੰਭਾਲ ਦਾ ਕੰਮ ਸੀ ਉਹ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਉਹ ਕਰਿਆ ਕਰਦੀਆਂ ਸਨ। ਜਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਬਜ ਹੋਈ ਤਾਂ ਇਤਿਹਾਸ 'ਚ ਵੀ ਮਿਲਦਾ ਕਿ ਕੁਝ ਮਹੰਤਾਂ ਨੇ ਜਾ ਕੇ ਕਿਹਾ ਅਤੇ ਉਹ ਸਿੰਘ ਜਿਹੜੇ ਸਨ ਉਹ ਆਏ ਅਕਾਲ ਤਖਤ ਸਾਹਿਬ ਦੇ ਉੱਪਰ ਬੈਠ ਗਏ ਸਨ ਨਿਹੰਗ ਸਿੰਘ ਤਾਂ ਉਸ ਟਾਈਮ ਦੇ ਉੱਤੇ ਇੱਥੇ ਜਿਹੜੀ ਜਥੇਬੰਦੀ ਜਿਨ੍ਹਾਂ ਨੇ ਨਿਹੰਗ ਸਿੰਘਾਂ ਨੂੰ ਜਿਹੜਾ ਸੀ ਉਹ ਅਕਾਲ ਤਖਤ ਸਾਹਿਬ ਤੋਂ ਜਿਹੜਾ ਸੀ ਉਹ ਬਾਹਰ ਲਿਆਂਦਾ ਸੀ ਉਹਦੇ ਵਿੱਚ ਧੂਰੀ ਵਾਲਾ ਮਲਵਈ ਜਥਾ ਜਿਹੜਾ ਵਾ ਉਹਦਾ ਜ਼ਿਕਰ ਮਿਲਦਾ ਹੈ ਜਿਹਨੂੰ ਕਰਤਾਰ ਸਿੰਘ ਝੱਬਰ ਨੇ ਕਿਹਾ ਸੀ ਅਤੇ ਇਹ ਧੂਰੀ ਵਾਲੇ ਮਲਵਈ ਜਥੇ ਨੇ ਜਿਹੜਾ ਸੀ ਮੁੜ ਕੇ ਕਰਤਾਰ ਸਿੰਘ ਝੱਬਰ ਦੀ ਜਿਹੜੀ ਆ ਉਹ ਮਦਦ ਕੀਤੀ ਸੀ। ਗਿਆਨੀ ਪ੍ਰਤਾਪ ਸਿੰਘ ਲਿਖਦੇ ਆਉਂਦੇ ਕਿ 1921-22 ਦੇ ਵਿੱਚ ਤਾਂ ਪੂਰੇ ਪੰਜਾਬ ਦੇ ਵਿੱਚ ਸਿੱਖ ਜਥੇ ਜਿਹੜੇ ਸਨ ਜਿਹੜੇ ਪਿੰਡਾਂ ਦੇ ਪੱਧਰ ਦੇ ਉੱਤੇ ਬਣੇ ਸਨ ਉਹ ਇੱਥੋਂ ਤੱਕ ਸੁਚੇਤ ਹੋ ਗਏ ਸਨ ਕਿ ਉਹਨਾਂ ਨੇ ਆਪਣੇ ਪੱਧਰ ਦੇ ਉੱਤੇ ਹੀ ਜਿੱਥੇ ਜਿੱਥੇ ਉਹਨਾਂ ਦੇ ਨੇੜੇ ਨੇੜੇ ਗੁਰਦੁਆਰੇ ਸਨ ਉਹਨਾਂ ਦਾ ਪ੍ਰਬੰਧ ਸੁਧਾਰਨ ਦੇ ਲਈ ਜਿਹੜਾ ਸੀ ਕਮਰ ਕੱਸੇ ਕਰ ਲਏ ਸਨ ਅਤੇ ਉਹਨਾਂ ਦੇ ਅੱਗੇ ਉਹਨਾਂ ਸਾਰੇ ਜਥਿਆਂ ਦੇ ਅੱਗੇ ਨਾ ਸਰਕਾਰ ਦੀ ਕੋਈ ਪੇਸ਼ ਚੱਲ ਰਹੀ ਸੀ ਨਾ ਹੀ ਮਹੰਤ ਜਿਹੜੇ ਆ ਉਹਨਾਂ ਦੀ ਕੋਈ ਪੇਸ਼ ਚੱਲ ਰਹੀ ਸੀ ਭਾਵ ਕਿ ਸਿੱਖ ਜਥੇਬੰਦੀਆਂ ਜਿਹੜਾ ਵਾ ਉਹਨਾਂ ਨੇ ਬਹੁਤ ਅਹਿਮ ਰੋਲ ਜਿਹੜਾ ਵਾ ਉਹ ਨਿਭਾਇਆ ਹੈ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ। ਅਤੇ ਨਨਕਾਣਾ ਸਾਹਿਬ ਜਦ 1921 ਦੇ ਵਿੱਚ ਜਿਹੜਾ ਸਾਕਾ ਵਾ ਉਹ ਵਾਪਰਦਾ ਫਰਵਰੀ ਮਹੀਨੇ ਦੇ ਵਿੱਚ ਤਾਂ ਸਾਕਾ ਵਾਪਰਨ ਤੋਂ ਬਾਅਦ ਜਦ ਪਿੰਡਾਂ ਦੇ ਵਿੱਚੋਂ ਪਤਾ ਲੱਗਦਾ ਹੈ ਤਾਂ ਬਹੁਤ ਸਾਰੇ ਜਥੇ ਜਿਹੜੇ ਸਨ ਉਹ ਨਨਕਾਣਾ ਸਾਹਿਬ ਜਿਹੜੇ ਆ ਉਹ ਪਿੰਡਾਂ ਦੇ ਵਿੱਚੋਂ ਪਹੁੰਚੇ ਸਨ ਜਿਹਦਾ ਜ਼ਿਕਰ ਮਿਲਦਾ ਕਿ 50,000 ਦੇ ਕਰੀਬ ਸੰਗਤ ਜਿਹੜੀ ਸੀ ਉਹ ਨਨਕਾਣਾ ਸਾਹਿਬ ਪਹੁੰਚੀ। ਇਹਦੇ ਵਿੱਚ ਕਰਤਾਰ ਸਿੰਘ ਝੱਬਰ ਦਾ ਜਥਾ ਸੀ ਸ਼ੇਖੂਪੁਰ ਦਾ ਜਥਾ ਜਿਹਦੇ ਵਿੱਚ ਕੋਈ 2200 ਸਿੰਘ ਸਨ ਔਰ ਇਹ ਜਥਾ ਨੇ ਇੱਥੇ ਇਸ ਤਰ੍ਹਾਂ ਕੀਤਾ ਕਿ ਉੱਥੋਂ ਦਾ ਜਿਹੜਾ ਡਿਪਟੀ ਕਮਿਸ਼ਨਰ ਸੀ ਉਹਨੇ ਕਿਹਾ ਸੀ ਕਿ ਕੋਈ ਵੀ ਜਥਾ ਜਿਹੜਾ ਵਾ ਉਹ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ 'ਚ ਐਂਟਰ ਨਹੀਂ ਕਰ ਸਕਦਾ ਜਾਂ ਨਨਕਾਣਾ ਸਾਹਿਬ ਦੀ ਹਦੂਦ ਤੋਂ ਬਾਹਰ ਬਹੁਤ ਦੂਰ ਦੂਰ ਤੱਕ ਜਿਹੜੀ ਉਹ ਪੁਲਿਸ ਲੱਗੀ ਹੋਈ ਸੀ ਉਹ ਨਨਕਾਣਾ ਸਾਹਿਬ ਦੇ ਬਿਲਕੁਲ ਬਾਹਰ ਬਾਹਰ ਪੁਲਿਸ ਜਿਹੜੀ ਸੀ ਉਹ ਬੰਦੂਕਾਂ ਤਾਰੀ ਖੜੀ ਸੀ ਤਾਂ ਕਰਤਾਰ ਸਿੰਘ ਝੱਬਰ ਆਪਣੇ 2200 ਸਿੰਘਾਂ ਦੇ ਨਾਲ ਉੱਥੇ ਪਹੁੰਚਿਆ ਤਾਂ ਉਸਨੇ 2200 ਸਿੰਘਾਂ ਦੇ ਜਿਹੜੇ ਸੀ ਉਹ 11 ਜਥੇ ਜਿਹੜੇ ਆ ਉਹ ਬਣਾ ਲਏ ਔਰ ਜ਼ਿਕਰ ਮਿਲਦਾ ਕਿ ਕਰਤਾਰ ਸਿੰਘ ਝੱਬਰ ਖੁਦ ਲਿਖਦੇ ਨੇ ਅਕਾਲੀ ਮੋਰਚੇ ਜਿਹੜੀ ਉਹਨਾਂ ਦੀ ਕਿਤਾਬ ਉਹਦੇ ਵਿੱਚ ਕਿ ਉਹਨਾਂ 11 ਜਥਿਆਂ ਨੂੰ ਕਰਤਾਰ ਸਿੰਘ ਝੱਬਰ ਨੇ ਸੰਬੋਧਿਤ ਹੋ ਕੇ ਕਿਹਾ ਸੀ ਕਿ ਜਦੋਂ ਜੇ ਪੁਲਿਸ ਗੋਲੀ ਚਲਾਵੇ ਅੱਗਿਓਂ ਤਾਂ ਨੱਠਣਾ ਨਹੀਂ ਕਿਸੇ ਨੇ ਭੱਜਣਾ ਨਹੀਂ ਉਤਸਾਹਟ 'ਚ ਨਹੀਂ ਆਉਣਾ ਅਤੇ ਜਿਹੜਾ ਡਿੱਗਦਾ ਜਾਵੇ ਉਹ ਡਿੱਗ ਪਵੇ ਜਿਹੜਾ ਮਰ ਗਿਆ ਉਹ ਸ਼ਹੀਦ ਹੋ ਜਾਏਗਾ ਅਤੇ ਆਪਾਂ ਅੱਗੇ ਤੁਰੇ ਜਾਣਾ ਵਾ ਅਤੇ ਜਾ ਕੇ ਪੁਲਿਸ ਦੀਆਂ ਬੰਦੂਕਾਂ ਖੋਹਣੀਆਂ ਨੇ ਅਤੇ ਜਿਹੜਾ ਵੀ ਗੋਰਾ ਆਇਆ ਇੱਥੇ ਜਿੰਨੇ ਵੀ ਗੋਰੇ ਨੇ ਇਹਨਾਂ 'ਚੋਂ ਇੱਕ ਵੀ ਨਹੀਂ ਛੱਡਣਾ ਅਤੇ ਜਾ ਕੇ ਨਨਕਾਣਾ ਸਾਹਿਬ ਜਿਹੜਾ ਵਾ ਅੰਦਰ ਆਪਾਂ ਪਹੁੰਚ ਕੇ ਦਰਸ਼ਨ ਕਰਨੇ ਨੇ। ਭਾਵ ਕਿ ਉਹਨਾਂ ਜਥੇਬੰਦੀਆਂ ਦੇ ਵਿੱਚ ਉਹਨਾਂ ਜਥਿਆਂ ਦੇ ਵਿੱਚ ਜਿਹੜੀ ਆ ਐਡੀ ਉੱਚੀ ਉਸ ਟਾਈਮ ਦੇ ਉੱਤੇ ਜਿਹੜੀ ਆ ਉਹ ਭਾਵਨਾ ਸੀ। ਸੋ ਸ਼੍ਰੋਮਣੀ ਕਮੇਟੀ ਦੇ ਇਹ ਸਾਰੇ ਮਤਲਬ ਢਾਂਚੇ ਦੇ ਵਿੱਚ ਇਹਨਾਂ ਜਥੇਬੰਦੀਆਂ ਦਾ ਬਹੁਤ ਵੱਡਾ ਜਿਹੜਾ ਰੋਲ ਸੀ
जिथे जिथे भी जथेबंदियां सन उन्होंने अपनी अपनी अहम भूमिका जिहड़ी आ उह निभाई सी। हालांकि श्रोमणी कमेटी ते इन्हां जथेबंदियां दे विच एक टाइम दे उत्ते तनाव भी आ गया सी। इहदा जिक्र जिहड़ा उह भी मिलदा है कि जनवरी 1922 दे विच हुशियारपुर ते जलंधर दे सिंघ सन, इन्हां दा जिहड़ा जथेदार सी उह भाई मूला सिंघ सन, इन्हां ने केसगढ़ साहिब, आनंदपुर साहिब दे गुरद्वारा साहिबान ते जिहड़े कीरतपुर साहिब दे गुरद्वारे सन उन्हां दा जिहड़ा प्रबंध सी उह आनंदपुर साहिब दे सोढ़ियां दे हत्थ दे विच सी और इन्हां ने वह सारा प्रबंध जिहड़ा लिया सी। तां जदों सोढ़ियां ने श्रोमणी गुरद्वारा प्रबंधक कमेटी नूं दस्या तां उस टाइम दे उत्ते सरदार बहादुर महताब सिंह जिहड़े प्रधान सन श्रोमणी कमेटी दे ते सकत्तर सन, इन्हां ने आण के ये जथेबंदियां जिहड़ियां सन इन्हां दे कोलों कब्जा छुड़वा के ते फिर जिहड़ा सी उह सोढ़ियां नूं आनंदपुर साहिब दे नूं जिहड़ा वा उह वापस दवाया सी। ज्ञानी प्रताप सिंह ने जिहड़ा वा ये जिक्र किया सी। ये मतलब कि कितना कितने तनाव ही जिहड़ा वा बाद दे विच श्रोमणी गुरद्वारा प्रबंधक कमेटी बन तों बाद जिहड़ा वा उह आया। श्रोमणी गुरुद्वारा प्रबंधक कमेटी बनते नाल एक्ट बनते नाल साडियां जिहड़ियां रवायतां सन कुछ वह भी टुटियां ने, जिन्हां दे विच वड्डी जिहड़ी चीज़ सानूं मिलदी उह इंस्टीट्यूशन ते ऑर्गनाइजेशन दा जिहड़ा वा उह फर्क मिलदा है, जिहदे विच संस्थावां ते संगठनां दा जिहड़ा जिक्र है। संस्थावां दी जगह संस्थावां जिहड़ियां साडियां सन उह च सरबत खालसा आउंदा सी, गुरु खालसा पंथ सी, गुरमता सी, इन्हां दी जगह जिहड़ी सी फिर ये संस्थावां सन, इन्हां दी जगह जिहड़ी ऑर्गनाइजेशन संगठन ने लै ली। हुण श्रोमणी गुरुद्वारा प्रबंधक कमेटी जिहड़ी इंस्टीट्यूट नहीं ऑर्गनाइजेशन है, ये संगठन है ना कि ये संस्था है। संस्थावां जिहड़ियां होंदियां ने वो गुरु पातशाह ने जिहड़ियां आप कायम कीतियां सन, वह अबदल ने, उन्हां दे विच कोई भी बदलाव जिहड़ा वह नहीं किया जा सकता। हुण इहदे नाल होया कि श्रोमणी गुरुद्वारा प्रबंधक कमेटी बनदे नाल जिहड़ा वा वोट तंत्र आंदा है, उहदे नाल साडे जिहड़ी गुरमते दी आगू चुण दी जिहड़ी विधि है वह खत्म हो गई। उहदी जगह दे उत्ते जिहड़ा वा एक अलग एक्ट बन गया जिहदे नाल एक अलग तरह का अगे जिहड़ा सी सिस्टम वो शुरू हो गया। गुरमते भी जिहड़े वह भी खत्म हो गए, उहदी जगह भी अलग तरह का सिस्टम जिहड़ा वा वह बन गया। तो गुरु खा इस वेले तो किस वेले इस तरह भी लगता है कि गुरु खालसा पंथ जिहड़ा वा उहनू श्रोमणी कमेटी जिहड़ी एक हिस्से वजों लै रही होंदी है, ना कि गुरु खालसा पंथ के हिस्से वजों जिहड़ा वा विचरदी है ना। तो इस करके दे सब तो वड्डी जिहड़ी गल है परंपरावां दी है, सानूं समझण दी लोड़ है। जिहड़ी रतन सिंह भंगू होणा ने लिखी है खालसा भयो अकूठ नदी जिम सुमे वाणी, कि यह गुरु खालसा पंथ बहुत वड्डी जिहड़ी नदी है जिहदे विच बहुत सारियां छोटियां नदियां जिहड़ियां वा वह पैंदियां ने। इस तरह श्रोमणी गुरुद्वारा प्रबंधक भी एक छोटी नदी है जिहड़ी इस वड्डे गुरु खालसा पंथ के वहन के जिहड़ी उहने शामिल जिहड़ा वा वह होना है। हुण गुरु खालसा पंथ जिहड़ा उसकी भूमिका कितें नज़र नहीं आती, जां कह लईए कि वह इस वेले अलोप है, उसकी जगह सारी भूमिका जिहड़ी उह श्रोमणी गुरुद्वारा प्रबंधक कमेटी कितें ना कितें जिहड़ी आ उह जिहड़ी आ निभा रही है। इस चीज़ प्रति भी सानूं देखण दी लोड़ है कि साडियां जिहड़ियां परंपरावां ने, साडा जिहड़ियां रवायतां ने, उहनां नूं मुड़ सुरजीत करन दी जिहड़ी आ उह लोड़ है। इहदे लई जिहड़ी आ सब तों छोटी इकाई जथेबंदी जिहड़ी है उहनूं कायम करना पवेगा। जे हरेक पिंड दे विच इक इक जथेबंदी जिहड़ी आ उह बण जावे तां श्रोमणी कमेटी दे प्रबंध च वी सुधार जिहड़ा वा इह जथेबंदियां कर देणगियां, साडियां रवायतां वी जिहड़ियां वा उह मुड़ सुरजीत जिहड़ियां वा वह हो जाणगियां। गुरु कृपा करन असीं मुड़ तों अपणियां रवायतां नूं जिहड़ा वा उह संभाल लईए। इन्नियां कु बेनतियां प्रवान करनियां। वाहिगुरू जी का खालसा, वाहिगुरू जी की फतह।